ਰੋਟੀ ਵੀ ਨਹੀਂ ਭੇਜੀ। ਸੋ ਦੀਗਰੀ ਨੇ ਚਾਰ ਹੋ ਗਏ ਨਾ, ਭੁੱਖਾ ਧਰਾਇਆ ਮੈਂ ਲਗਾ, ਨਾ ਕੋਈ ਪਾਣੀ ਭੇਜਿਆ, ਨਾ ਕੋਈ ਚਾਹ ਭੇਜੀ, ਨਾ ਰੋਟੀ ਭੇਜੀ। ਬੰਗੜਾ ਜ਼ਾਲੂ ਮੈਂ ਹੋਇਆ ਸਾ ਨਾ ਨਾਇਕ ਵਾ, ਅੱਲਾ ਐਸਾ ਸਮਝਾਵੇ ਵਾ ਐਸਾ ਦਾਤੇ ਵਾ। ਇਸ ਮਜ਼ਦੂਰੀ ਨੇ ਬਹਿ ਕੇ ਸਿੱਧਾ ਕਰਾਂ, ਪਤਾ ਨਹੀਂ ਅੱਜ ਕੋਈ ਕੰਮ ਸ਼ੰਮ ਕੀਤਾ ਸੀ ਕੋਈ ਨਹੀਂ, ਐਵੇਂ ਛੜੇ ਟੁਕੜੇ ਪੇ ਤਰੋਲਣਾ ਵੇ। ਇਸ ਮੈਂ ਬਹਿ ਕੇ ਪੁੱਛਣਾ ਭਾਵੇਂ ਵੱਡੀ ਗਰਮੀ ਵਾ, ਛੱਤਰੀ ਕੇ ਨਾ ਇਸ ਪਿੱਛੇ ਜੁਲਿਆ ਵਾਂ, ਏ ਸੀ ਬੰਦ ਕਰਨਾ ਤਾਂ ਯਾਦ ਹੀ ਨਹੀਂ ਰਿਹਾ। ਮੁਲਾਜ਼ਮੇ ਆ ਫੋਨ ਕਰਨਾ ਚਾਹੀਆਂ ਹੋਏ ਏ ਸੀ ਬੰਦ ਕਰ ਸਕ। ਹੈਲੋ ਬੋਲਿਆ, ਓ ਏ ਸੀ ਬੰਦ ਕਰ ਸਕਦਾ ਬੈਠਕਾਂ ਵਾਲਾ? ਹਾਂ ਠੀਕ। ਭਾਵੇਂ ਵੱਡੀ ਗਰਮੀ ਵਾ, ਪਰ ਸੋਏ ਨਾਲ ਮੈਂ ਨਹਾਤਾ ਗਿਆ, ਇਸ ਨਾਲ ਰੋਟੀ ਭੇਜੀ ਏ, ਨਾ ਪਾਣੀ ਨਾ ਚਾਹ, ਪੂਰੀ ਦਿਹਾੜ ਲੈ ਗਈ। ਚੰਗਾ ਸਨ ਇਹ ਨਾ ਕੇ ਕੋਈ ਚੀਜ਼ ਭੇਜੀ ਨਹੀਂ, ਮੈਂ ਭੁੱਖਾ ਤਰਹਿਆ ਲਗਾ। ਥੋੜ੍ਹਾ ਜਿਹਾ ਮੈਂ ਲੇਟ ਕੇ ਨਾ ਬਹੁਤ ਥਾਕ ਤਰੁੱਟ ਗਿਆ ਯਾਰ। ਇਸ ਨਾ ਤਮਾਸ਼ਾ ਤੱਕ ਸਵੇਰੇ ਨਾ ਲੰਮਾ ਪੀਏ, ਮੈਂ ਸਾ ਸਿੱਧਾ ਕਰਨਾ ਵਾ, ਅੱਜ ਦਿਹਾੜ ਵੀ ਨਾ ਦੇਣਾ। ਉੱਠੋ ਤਾਂ ਲੰਮਾ ਪਏ ਇੱਥੇ, ਸ਼ਾਮੀ ਦਿਹਾੜ ਘਣੇ ਪਹੁੰਚ ਪੈਂਦੇ ਹੋ। ਮਜ਼ਦੂਰਾ ਤੂੰ ਸਵੇਲੇ ਨੇ ਇੱਥੇ ਲੰਮਾ ਪਏ ਆਵੇਂ, ਨਾ ਕੋਈ ਤੁਧ ਕੰਮ ਕੀਤਾ ਹੈ, ਨਾ ਕੋਈ ਹੋਰ ਤੁਧ ਮਾਮਲਾਤ ਕੀਤੇ। ਅੱਛਾ ਉਦਰੀ ਸਾਹਿਬ, ਤੁਸਾਂ ਆਪਣੀ ਪਈ ਹੈ, ਅੱਲਾ ਨੇ ਬੰਦੇ ਸੂਰਜ ਉੱਤੋਂ ਤੱਕੋ ਕਿਤਨਾ ਪਿਆ ਚਮਕਣਾ, ਸਵਾ ਨੇਜ਼ੇ ਚ ਵੇ, ਨਾ ਤੁਸਾਂ ਚਾਹ ਭੇਜੀ, ਨਾ ਪਾਣੀ ਭੇਜਿਆ ਨੇ, ਨਾ ਕੋਈ ਰੋਟੀ ਭੇਜੀ ਨੇ। ਅੱਲਾ ਨੇ ਬੰਦੋ ਇਹ ਜ਼ੁਲਮ ਹੋਣਾ, ਤੁਸੀਂ ਕੋਈ ਰਹਿਮ ਕਰਿਆ ਕਰੋ ਅਸਾਂ ਮਜ਼ਦੂਰਾਂ 'ਤੇ, ਇਹ ਤਾਂ ਕਹਿਣ ਕੇ ਹਾਲ ਹੋ ਗਿਆ। ਤੂੰ ਮਣੀ ਗੱਲ ਸੁਣ, ਤੂੰ ਮੁੜਨਾ ਕਦੀ ਪਰਸਿਓ ਸਾਫ਼ ਕਰਨਾ, ਕਦੀ ਮੇਕਅਪ ਪਿਆ ਕਰਨਾ, ਉਹ ਤੂੰ ਇੱਥੇ ਫੈਸ਼ਨ ਸ਼ੋਅ 'ਤੇ ਆਏ ਆ ਜਾਂ ਮਜ਼ਦੂਰੀ ਕਰਨ ਆਏ ਆ? ਤੂੰ ਤਾਂ ਜ਼ਿਆਦਾ ਮਿੱਟੀ ਮੰਦੀ ਲੱਗਣੀ ਹੈ। ਮੰਦੀ ਨਹੀਂ ਲੱਗਣੀ, ਇਸੇ ਮਿੱਟੀ ਵਿੱਚੋਂ ਅਸੀਂ ਕਾਰ ਕੇ ਖਾਂਦੇ ਹਾਂ, ਪਰ ਤੁਸੀਂ ਵੀ ਇਨਸਾਫ਼ ਕਰੋ ਨਾ। ਇੱਕ ਮਜ਼ਦੂਰ ਆ ਤੁਸੀਂ, ਬੁਲਾ ਕਹਿੰਦੇ ਹੋ, ਸੁਬਹਾ ਤੋਂ ਕਹਿਣ ਕੇ ਰਾਤੀ ਤੱਕ ਉਸ ਕੋਲੋਂ ਕੰਮ ਕਰਾਉਂਦੇ ਹੋ, ਚਾਹ ਪਾਣੀ ਵੀ ਨਹੀਂ ਦਿੰਦੇ ਹੋ, ਇੱਕੀ ਦਿਹਾੜੀ ਨਾ ਮੁਆਵਜ਼ਾ ਦਿੰਦੇ ਹੋ, ਅਤੇ ਪੰਜਾਂ ਦਿਹਾੜੀਆਂ ਨਾਲ ਤੁਸੀਂ ਕੰਮ ਕਰਾਉਂਦੇ ਹੋ, ਕੁਝ ਤਾਂ ਇਨਸਾਫ਼ ਕਰੋ। ਓਹੋ ਮੋਨੇ ਤਾਂ ਜ਼ਹਿਨ 'ਚ ਹੀ ਨਹੀਂ ਰਿਹਾ, ਦੀਗੁਰ ਹੋ ਗਈ, ਨਾ ਮੈਂ ਤੁਹਾਨੂੰ ਕੋਈ ਰੋਟੀ ਨਾ ਪੁੱਛਿਆ, ਨਾ ਤੁਹਾਨੂੰ ਮੈਂ ਕੋਈ ਪਾਣੀ ਨਾ ਪੁੱਛਿਆ। ਅੱਛਾ ਚੱਲ ਮੈਂ ਇੰਝ ਕਰਨਾ, ਤੁਹਾਨੂੰ ਮੈਂ ਰੋਟੀ ਚਾਹ ਪਾਣੀ ਸਾਰਾ ਕੁਝ ਬੰਦੋਬਸਤ ਕਰਨਾ, ਅਤੇ ਮੇਰੀ ਬਾਕੀ ਵੀ ਸਾਰਿਆਂ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਜਿਹੜਾ ਮਜ਼ਦੂਰ ਨਾਲ ਖਿਆਲ ਕਰਿਆ ਕਰੋ, ਮਜ਼ਦੂਰ ਆ ਜਿਹੜਾ ਜੀ ਉਹਨਾਂ ਟਾਈਮ ਸਿਰ ਦਿਹਾੜ ਦਿਆ ਕਰੋ, ਰੋਟੀ ਪਾਣੀ ਨਾ ਉਸਾਂ ਪੁੱਛਿਆ ਕਰੋ, ਉਸਾਂ ਥੋੜ੍ਹਾ ਘੰਟਾ ਦੋ ਸਭ ਦਿਹਾੜੀ ਆਰਾਮ ਕਰੋ ਦਿਆ ਕਰੋ। ਅਤੇ ਹੁਣ ਤੂੰ ਫਿਕਰ ਨਾ ਕਰ, ਮੈਂ ਵਹਿਣਾ ਤਣੀ ਰੋਟੀ ਪਾਣੀ ਨਾਲ ਬੰਦੋਬਸਤ ਕਰਨਾ, ਤੂੰ ਥੋੜ੍ਹੀ ਦੇਰ ਆਰਾਮ ਕਰ, ਅਤੇ ਇਨਸ਼ਾਅੱਲਾ ਤੂੰ ਤਾਂ ਦਿਹਾੜ ਵੀ ਚੰਗੀ ਦੇ ਸਾਂ। ਅੱਲਾ ਸੋਹਣੇ ਨੇ ਵਾਲੇ, ਅੱਲਾ ਨੇ।